ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ, ਦੁਕਾਨਦਾਰਾਂ ਨੂੰ, ਵਪਾਰੀਆਂ ਨੂੰ, ਹਰ ਵਰਗ ਨੂੰ ਅਪੀਲ ਆ ਬਾਈ ਕਿ ਜਿਹੜਾ ਕਿਸਾਨੀ ਮੋਰਚਾ ਲੱਗਿਆ ਹੋਇਆ ਸ਼ੰਭੂ ਤੇ ਖਨੌਰੀ ਦੇ ਉੱਤੇ, ਮੋਰਚਾ ਬਿਲਕੁਲ ਚੜ੍ਹਦੀ ਕਲਾ 'ਚ ਹੈ, ਮੋਰਚਾ ਹਰ ਹਾਲ ਦੇ ਵਿੱਚ ਫਤਿਹ ਹੋਊਗਾ। ਇਹ ਭਾਰਤ ਨਹੀਂ, ਪੂਰੀ ਦੁਨੀਆ ਪੰਜਾਬ ਵੱਲ ਦੇਖ ਰਹੀ ਆ। ਜੋ ਬਿਹਾਰ ਦੇ ਵਿੱਚ, ਬਕਸਰ ਦੇ ਵਿੱਚ ਹੋਇਆ ਤੁਸੀਂ ਦੇਖਿਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਉੱਥੇ ਜੋ ਜ਼ੁਲਮ ਢਾਇਆ ਸਮੇਂ ਦੀ ਹਕੂਮਤ ਨੇ, ਹੌਲੀ ਹੌਲੀ ਉਹ ਵੀ ਲੋਕ ਉੱਠ ਰਹੇ ਨੇ। ਅੱਜ ਲਦਾਖ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਨੇ ਲੋਕ, ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਅਸੀਂ ਆਪਣੇ ਜਲ, ਜੰਗਲ, ਧਰਤੀ ਨੂੰ ਬਚਾਉਣ ਲਈ ਲੜ ਰਹੇ ਆ। ਸੋ ਇਸ ਲਈ ਬਾਈ ਬੇਨਤੀ ਆ ਸਮੁੱਚੀ ਸੰਗਤ ਨੂੰ ਕਿ ਇੱਥੇ ਇਸ ਵੇਲੇ ਬਹੁਤ ਸਖ਼ਤ ਲੋੜ ਆ, ਇੱਥੇ ਜਿਹੜਾ ਪੱਕਾ ਟੈਂਟ ਲਾਇਆ ਜਾਣਾ ਉਹਦੀ ਲੋੜ ਆ ਬਾਈ। ਸੰਗਤ ਨੂੰ ਅਪੀਲ ਆ ਕਿ ਤੁਸੀਂ ਆਰਥਿਕ ਤੌਰ ਦੇ ਉੱਤੇ ਆਪਣੀ ਮਦਦ ਆ ਜਿਹੜੀ ਉਹ ਵੱਧ ਤੋਂ ਵੱਧ ਕਰੋ ਤਾਂ ਕਿ ਇੱਥੇ ਪੱਕੇ ਤੌਰ ਦੇ ਉੱਤੇ ਜਿਹੜਾ ਟੈਂਟ ਲਾਇਆ ਜਾ ਸਕੇ, ਸਟੇਜ ਲਾਈ ਜਾ ਸਕੇ, ਕਿਉਂਕਿ ਇਹ ਮੋਰਚਾ ਲੰਮਾ ਜਾਊਗਾ। ਜਿੰਨਾ ਮੋਰਚਾ ਲੰਮਾ ਜਾਊਗਾ ਓਨਾ ਹੀ ਨਾ ਹਕੂਮਤਾਂ ਦੀ ਜੜ ਪੱਟੂਗਾ। ਮੈਂ ਫਿਰ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਵਾਈ ਪੂਰੀ ਦੁਨੀਆ ਦੇ ਵਿੱਚ ਮੋਰਚੇ ਲੱਗ ਰਹੇ ਨੇ ਤੇ ਪੰਜਾਬ ਕਰੂਗਾ। ਹੁਣ ਪੰਜਾਬੀਓ ਲੋੜ ਹੈ, ਰਲੇ ਭਰਾ ਨੂੰ ਬੇਨਤੀ ਹੈ, ਤੁਹਾਡੀ ਵੀ ਲੋੜ ਹੈ, ਵੱਧ ਤੋਂ ਵੱਧ ਸੰਗਤ ਬਾਈ ਇੱਥੇ ਆ ਕੇ ਜਿਹੜਾ ਟੈਂਟ ਲਾਇਆ ਜਾਣਾ, ਜਿਹੜਾ ਪੱਕੀ ਸਟੇਜ ਲਾਈ ਜਾਣੀ ਹੈ, ਉਹਦੇ ਲਈ ਆ ਕੇ ਮੋਰਚੇ ਦੇ ਵਿੱਚ ਸਹਿਯੋਗ ਕੀਤਾ ਜਾਵੇ। ਮੈਂ ਧੰਨਵਾਦ ਕਰਦਾ ਸਾਡੇ ਨਾਲ ਰੇਸ਼ਮ ਸਾਡਾ ਵੀਰ ਖੜਾ, ਬਹੁਤ ਤਕੜੇ ਤਕੜੇ ਵੀਰ ਦੇ ਗੀਤ ਆਏ ਨੇਗੇ, ਬਹੁਤ ਸੋਹਣਾ ਗਾਉਂਦਾ। ਜਿੱਥੇ ਗੱਲ ਕਿਸਾਨੀ ਦੀ ਹੋਵੇ ਸਭ ਤੋਂ ਪਹਿਲਾਂ ਮੂਹਰੇ ਆ ਕੇ ਖੜਦਾ। ਇਸ ਕਰਕੇ ਮੇਰੀ ਬੇਨਤੀ ਹੈ, ਜਿਵੇਂ ਲੱਖੇ ਬਾਈ ਨੇ ਕਿਹਾ ਵੀ ਧਰਨਾ ਬੜਾ ਲੰਮਾ ਸਮਾਂ ਚੱਲੂਗਾ, ਜਿਵੇਂ ਰੇਸ਼ਮ ਬਾਈ ਆਪਣੀ ਹਾਜ਼ਰੀ ਲਵਾ ਕੇ ਜਾਂਦਾ, ਸਾਰੇ ਕਲਾਕਾਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਐਵੇਂ ਆਪਣੀ ਭਾਈ ਅੰਦੋਲਨ ਦੇ ਵਿੱਚ ਮੋਰਚੇ 'ਚ ਹਾਜ਼ਰੀ ਲਵਾ ਕੇ ਜਾਇਆ ਕਰੋ। ਰੇਸ਼ਮ ਬਾਈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ, ਨੌਜਵਾਨਾਂ ਨੂੰ ਕਹਿਣਾ ਚਾਹੁੰਦੇ? ਉਹ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ, ਸੈਂਟਰ ਨਾ ਪੇ ਚਾਪੇਗਾ ਫੇਰ ਇੱਕ ਵਾਰੀ, ਜਦੋਂ ਕਰੇਂਗੇ ਕਿਸਾਨਾਂ ਨੂੰ ਖਰਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਧੂੰਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ, ਮਿਹਨਤਾਂ ਨਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀ ਦਾ, ਉਹ MSP ਕਰਾਉਣੀ ਤੈਨੂੰ ਯਾਦ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਭਾਰਤ ਰਤਨ ਦੇ ਕੇ ਢਿੱਡ ਨਹੀਂ ਉਹ ਭਰਨਾ, ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੈਣਾ ਲਾਗੂ ਕਰਨਾ, ਦੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਦੋਂ ਗੱਲ ਹੱਕ ਦੀ, ਸੱਚ ਦੀ, ਇਨਸਾਨੀਅਤ ਦੀ, ਸਰਬੱਤ ਦੇ ਭਲੇ ਦੀ ਆਉਂਦੀ ਆ, ਮੇਰੇ ਦੋਵੇਂ ਭਰਾ ਨਾਲ ਖੜੇ ਨੇ, ਲੱਖਾ ਬਾਈ ਹੈ ਚਾਹੇ ਸਿੱਧੂ ਬਾਈ ਹੈ, ਇਹ ਹਮੇਸ਼ਾ ਹੀ ਹੱਕ ਸੱਚ ਦੇ ਨਾਲ ਖੜਦੇ ਆ। ਔਰ ਇਹ ਜਿਹੜਾ ਅੰਦੋਲਨ ਹੈ, ਕਿਸੇ ਧਰਮ ਦਾ ਨਹੀਂ, ਕਿਸੇ ਜਾਤ ਦਾ ਨਹੀਂ, ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ, ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ, MSP ਦੇ ਕਾਨੂੰਨ ਦੀ ਲੜਾਈ ਹੈ, ਸਵਾਮੀਨਾਥਨ ਦੀ ਰਿਪੋਰਟ ਦੀ ਲੜਾਈ ਹੈ,
ਕਿਸਾਨਾਂ ਦੀ ਕਰਜ਼ਾ ਮਾਫੀ ਦੀ ਲੜਾਈ ਹੈ, ਕਿਉਂਕਿ ਕਾਰਪੋਰੇਟ ਘਰਾਣਾ ਕਦੇ ਦੇਖਿਆ ਤੁਸੀਂ ਵੀ ਜਾ ਕੇ ਕਿਸੇ ਧਰਨਾ ਦਿੱਤਾ ਹੋਵੇ ਕਿਸੇ ਕਾਰਪੋਰੇਟ ਘਰਾਣੇ ਨੂੰ? ਬਿਨਾਂ ਧਰਨਾ ਦਿੱਤੇ ਉਹਨਾਂ ਦਾ 14.5 ਲੱਖ ਕਰੋੜ ਰੁਪਇਆ ਪਿਛਲੇ 10 ਸਾਲਾਂ 'ਚ ਮਾਫ ਹੋਇਆ, ਪਰ ਸਾਡੇ ਕਿਸੇ ਕਿਸਾਨ ਦੀ ਇੱਕ ਛੋਟੀ ਜਿਹੀ ਕਿਸ਼ਤ ਵੀ ਟੁੱਟ ਜੇ ਟਰੈਕਟਰ ਦੀ, ਉਹਨੂੰ ਘਰੋਂ ਚੁੱਕਣ ਆ ਜਾਂਦੇ ਆ। ਤਾਂ ਸਾਡੀ ਇਹ ਹੱਕ ਸੱਚ ਦੀ ਲੜਾਈ ਹੈ, ਸਾਰੇ ਜਣੇ ਤਕੜੇ ਹੋ ਕੇ ਅੰਦੋਲਨ ਦੀ ਸਪੋਰਟ ਕਰੋ ਲੋਕਤਾਂਤਰਿਕ ਤਰੀਕੇ ਦੇ ਨਾਲ। ਜਿਹੜਾ ਬੰਦਾ ਵੀ ਪੰਜਾਬ ਲਈ ਹੱਕ ਸੱਚ ਲਈ ਖੜਦਾ ਉਹਦਾ ਸਾਥ ਦਿਓ ਸਾਰੇ। ਥੈਂਕ ਯੂ ਸੋ ਮਚ। ਮੈਂ ਇੱਕ ਗੱਲ ਬਾਈ ਰੇਸ਼ਮ ਬਾਰੇ ਕਹਿਣਾ ਚਾਹੁੰਦਾ ਕਿ ਬਾਈ ਦਾ ਗਾਣਾ ਵੀ ਹਟਾ ਦਿੱਤਾ ਗਿਆ ਯੂਟਿਊਬ ਤੋਂ, ਨੋਟਸ ਵੀ ਆ ਗਏ, ਬਾਈ ਦੇ ਖਾਤੇ ਵੀ ਸਾਰੇ ਬੰਦ ਕਰ ਦਿੱਤੇ ਗਏ ਆ। ਸੋ ਇਹ ਇਤਿਹਾਸ ਆ ਜੋ ਬਣ ਰਿਹਾ, ਇਤਿਹਾਸ ਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਨੇ ਆਪਣਾ ਕੀ ਰੋਲ ਨਿਭਾਇਆ ਇਹ ਵੀ ਲਿਖਿਆ ਜਾਣਾ। ਸੋ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਕੁੰਡੇ ਮਾਰ ਕੇ ਦਰਵਾਜ਼ੇ ਭੇੜ ਕੇ ਬੈਠੇ ਆ, ਬਾਈ ਇਹ ਇਤਿਹਾਸਕ ਅੰਦੋਲਨ ਦਾ ਹਿੱਸਾ ਬਣੋ। ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ, ਬਹੁਤੇ ਮਜ਼ਦੂਰ ਭਰਾ ਸਾਨੂੰ ਕਹਿੰਦੇ ਆ ਕਿ ਸਾਡੀ ਗੱਲ ਕੀ ਹੋ ਰਹੀ ਹੈ ਬਾਈ। ਨਰੇਗਾ ਦੀ ਦਿਹਾੜੀ 200 ਰੁਪਇਆ ਕਰਨੀ, 200 ਦਿਨ ਕਰਨੀ, ਨਰੇਗਾ ਦੀ ਦਿਹਾੜੀ 700 ਰੁਪਇਆ ਕਰਨੀ, ਕਰਜ਼ਾ ਮਾਫ਼ੀ ਮਜ਼ਦੂਰਾਂ ਦੀ ਬਰਾਬਰ ਹੈ, ਇਹ 3 ਮੰਗਾਂ ਹੁਣ 13 ਮੰਗਾਂ ਦੇ ਵਿੱਚ ਵੀ ਆ। ਸੋ ਮੈਂ ਅਪੀਲ ਕਰਦਾ ਕਿ ਅਸਲ ਤਾਂ ਬਾਈ ਇਹ ਲੜਾਈ ਇੱਕ ਮੋਟੀ ਜਿਹੀ ਗੱਲ ਸਮਝ ਲਓ, ਜਿਹੜਾ ਬੰਦਾ ਇੱਥੇ ਸਾਹ ਲੈ ਰਿਹਾ ਰੋਟੀ ਖਾਂਦਾ ਇਹ ਲੜਾਈ ਉਹਦੀ ਹੈ, ਕਿਉਂਕਿ ਰੋਟੀ ਤੁਹਾਡੀ ਇਹਨਾਂ ਨੇ ਖੋਣੀ ਹੈ, ਤੁਹਾਡੇ ਪਾਣੀਆਂ ਤੇ ਭੋਜਨ ਤੇ ਧਰਤੀ ਤੇ ਕਬਜ਼ੇ ਕਰਨੇ ਆ, ਤੁਹਾਡੇ ਸਾਹ ਤੱਕ ਵੀ ਇਹਨਾਂ ਦੇ ਮੁਤਾਬਕ ਤੁਹਾਨੂੰ ਲੈਣੇ ਪਿਆ ਕਰਨਗੇ। ਸੋ ਇਸ ਕਰਕੇ ਬੇਨਤੀ ਆ ਬਾਈ, ਪਿੱਛੇ ਨਾ ਹਟੋ, ਤਕੜੇ ਹੋ ਕੇ ਆਪਾਂ ਇਸ ਕਿਸਾਨੀ ਮੋਰਚੇ ਦਾ ਹਿੱਸਾ ਬਣੀਏ। ਧੰਨਵਾਦ।